ਦੋਸਤੋ, ਚੰਗੇ ਦਿਨ ਲਿਆਉਣ ਲਈ ਵੀ ਨਾ ਮਾੜੇ ਦਿਨਾਂ ਨਾਲ ਪਹਿਲਾਂ ਲੜਨਾ ਪੈਂਦਾ, ਫੇਰ ਹੀ ਚੰਗੇ ਦਿਨ ਆਉਂਦੇ ਨੇ। ਰੀਅਲ ਦੇ ਵਿੱਚ ਮਰ ਜਾਣਾ ਇੰਨਾ ਬੁਰਾ ਨਹੀਂ ਹੁੰਦਾ, ਪਰ ਜਿਉਂਦੇ ਜੀ ਸ਼ੌਂਕਾਂ ਦਾ ਮਰ ਜਾਣਾ ਮੌਤ ਤੋਂ ਵੀ ਬੁਰਾ ਹੁੰਦਾ। ਟੈਂਸ਼ਨ, ਡਿਪਰੈਸ਼ਨ ਅਤੇ ਬੇਚੈਨੀ ਵਿੱਚੋਂ ਉਹੀ ਇਨਸਾਨ ਗੁਜ਼ਰਦਾ ਹੈ ਜੋ ਆਪਣੀ ਜ਼ਿੰਦਗੀ ਨਾਲੋਂ ਦੂਜਿਆਂ ਦੇ ਬਾਰੇ ਜ਼ਿਆਦਾ ਸੋਚਦਾ ਹੈ। ਦੋਸਤੋ, ਵੱਡਿਆਂ ਦੀ ਗੱਲ ਇਸ ਕਰਕੇ ਨਾ ਮੰਨੋ ਕਿ ਉਹ ਉਮਰ 'ਚ ਵੱਡੇ ਨੇ, ਕਿਉਂਕਿ ਉਮਰ ਦਾ ਸਮਝਦਾਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕਈ ਵਾਰੀ ਮੂਰਖ ਲੋਕ ਵੀ ਤਾਂ ਬੁੜੇ ਹੁੰਦੇ ਨੇ ਨਾ। ਦੇਖੋ ਬਈ, ਮਾਫ਼ੀ ਦੇ ਹੱਕਦਾਰ ਗਲਤੀ ਕਰਨ ਵਾਲੇ ਹੁੰਦੇ ਨੇ, ਚਲਾਕੀ ਕਰਨ ਵਾਲੇ ਨਹੀਂ। ਦੋਸਤੋ, ਕਿਸੇ ਦੇ ਹਾਸੇ ਖੋ ਲੈਣਾ ਕਤਲ ਤੋਂ ਵੀ ਵੱਡਾ ਪਾਪ ਹੈ। ਦੋਸਤੋ, ਜੋ ਪਸੰਦ ਹੀ ਨਾ ਹੋਵੇ ਉਹਦੇ ਨਾਲ ਹਜ਼ਾਰਾਂ ਸਮਝੌਤੇ ਕਰਕੇ ਨਾ ਰਹਿਣਾ ਚੰਗਾ ਹੈ ਕਿ ਇਕੱਲੇ ਰਹੋ।